ਹਾਂਜੀ ਵੈਲਕਮ ਕਰਦੇ ਆ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਸਟੱਡੀ ਐਂਡ ਕੈਰੀਅਰ ਦੇ ਉੱਤੇ ਸੋ ਲੈ ਕੇ ਆਏ ਆ ਜੀ ਐਮਪੀਐਚਡਬਲਯੂ ਨਾਲ ਰਿਲੇਟਡ ਕੁਝ ਇੰਪੋਰਟੈਂਟ ਐਮਸੀਕਿਊਜ਼ ਸੋ ਹੁਣ ਆਪਾਂ ਨਵੇਂ ਨਵੇਂ ਐਮਸੀਕਿਊਜ਼ ਐਡ ਕਰਨ ਲੱਗੇ ਆ ਵੀਡੀਓ ਦੇ ਵਿੱਚ ਸੋ ਵੀਡੀਓਾਂ ਜ਼ਰੂਰ ਦੇਖਿਆ ਕਰੋ ਸੋ ਸਾਰਿਆਂ ਨੂੰ ਹੀ ਰਿਕਵੈਸਟ ਹੈ ਕਿ ਚੈਨਲ ਨੂੰ ਕਰ ਲਵੋ ਸਬਸਕ੍ਰਾਈਬ ਅਤੇ ਬੈਲ ਆਈਕਨ ਨੂੰ ਦਬ ਲਵੋ ਤਾਂ ਕਿ ਆਉਣ ਵਾਲੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਆ ਜਿਹੜਾ ਉਹ ਤੁਹਾਨੂੰ ਟਾਈਮ ਟੂ ਟਾਈਮ ਅਤੇ ਸਮੇਂ ਸਿਰ ਮਿਲਦਾ ਰਹੇ ਸੋ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਸ਼ੁਰੂ ਕਰਦੇ ਆ ਆਪਾਂ ਆਪਣੀ ਅੱਜ ਦੀ ਵੀਡੀਓ ਆਤੇ ਦੇਖਦੇ ਆ ਕਵੈਸਚਨ ਨੰਬਰ 1 ਹਾਂਜੀ ਨੰਬਰ 1 ਦੇ ਉੱਤੇ ਕੁਐਸਚਨ ਹੈ ਜੀ ਨਰਸਿੰਗ ਨੂੰ ਸਿਰਫ ਦਵਾਈਆਂ ਦੀ ਖੁਰਾਕ ਦੇਣ ਲਈ ਪੋਲਿਟਿਕਸ ਲਗਾਉਣ ਤੋਂ ਕੁਝ ਹੀ ਜ਼ਿਆਦਾ ਮਹੱਤਵ ਤੱਕ ਸੀਮਿਤ ਰੱਖਿਆ ਗਿਆ ਹੈ ਇਹ ਕਥਨ ਕਿਸ ਦਾ ਹੈ ਹਾਂਜੀ ਆਪਸ਼ਨ ਤੁਹਾਡੇ ਕੋਲ ਨੇ ਕਿ ਨਰਸਿੰਗ ਨੂੰ ਸਿਰਫ ਦਵਾਈਆਂ ਦੀ ਖੁਰਾਕ ਦੇਣ ਲਈ ਪੋਲਿਟਿਕਸ ਦੇਸ ਲਗਾਉਣ ਤੋਂ ਕੁਝ ਹੀ ਜ਼ਿਆਦਾ ਮਹੱਤਵ ਤੱਕ ਸੀਮਿਤ ਰੱਖਿਆ ਗਿਆ ਹੈ ਇਹ ਕਿਸ ਦਾ ਕਥਨ ਹੈ অপਸ਼ਨ ਨੇ ਨੰਬਰ 1 ਮਦਰ ਟ੍ਰੇਸਾ ਨੰਬਰ 2 ਫੇਬੀਓਲਾ ਸੀ ਸੋਫੀਆ ਡੀ ਫਲੋਰੈਂਸ ਨਾਈਟਿੰਗੇਲ ਸੋ ਇਹਨਾਂ ਦੇ ਵਿੱਚੋਂ ਜਿਹੜਾ ਤੁਹਾਡਾ ਸਹੀ ਆਨਸਰ ਹੋਵੇਗਾ ਇਸ ਕੁਐਸਚਨ ਦਾ ਉਹ ਹੋਵੇਗਾ ਜੀ অপਸ਼ਨ ਨੰਬਰ ਡੀ ਇਹ ਕਥਨ ਆ ਜਿਹੜਾ ਹੈ ਫਲੋਰੈਂਸ ਨਾਈਟਿੰਗੇਲ ਨੇ ਕਿਹਾ ਸੀਗਾ ਠੀਕ ਹੈ ਜੀ ਸੋ 2 ਨੰਬਰ ਆਪਾਂ ਕੁਐਸਚਨ ਦੇਖਦੇ ਆ मोस्ट ਇੰਪੋਰਟੈਂਟ ਕੁਐਸਚਨ ਆ ਕਿ ਸਧਾਰਨ ਤੌਰ ਤੇ ਨਾੜੀ ਦਰ ਕਿੰਨੀ ਹੁੰਦੀ ਹੈ ਯਾਨੀ ਕਿ ਜਿਹੜੀ ਨਬਜ ਹੁੰਦੀ ਆ ਆਪਣੀ ਉਹ ਸਧਾਰਨ ਤੌਰ ਤੇ ਕਿੰਨੀ ਹੁੰਦੀ ਆ ਆਪਸ਼ਨ ਆ ਤੁਹਾਡੇ ਕੋਲੇ A 70 ਪ੍ਰਤੀ ਮਿੰਟ B 72 ਪ੍ਰਤੀ ਮਿੰਟ C 68 ਪ੍ਰਤੀ ਮਿੰਟ D 74 ਪ੍ਰਤੀ ਮਿੰਟ ਤਾਂ ਇਸ ਕੁਐਸਚਨ ਦਾ ਜਿਹੜਾ ਤੁਹਾਡਾ ਸਹੀ ਆਨਸਰ ਹੋਵੇਗਾ ਉਹ ਹੋਵੇਗਾ ਜੀ ਆਪਸ਼ਨ ਨੰਬਰ B 72 ਪ੍ਰਤੀ ਮਿੰਟ ਜਿਹੜੀ ਨਾੜੀਦਾਰ ਆਮ ਤੌਰ ਤੇ ਹੁੰਦੀ ਆ ਉਹ 72 ਪ੍ਰਤੀ ਮਿੰਟ ਹੁੰਦੀ ਹੈ। ਹਾਂਜੀ। ਕੁਐਸਚਨ ਨੰਬਰ 3 ਇਹ ਵੀ ਇੰਪੋਰਟੈਂਟ ਕੁਐਸਚਨ ਹੈ ਕਿ ਬੁਢਾਪੇ ਵਿੱਚ ਨਾੜੀਦਾਰ ਹੁੰਦੀ ਹੈ। ਆਪਸ਼ਨ ਨੇ ਤੁਹਾਡੇ ਕੋਲੇ A 60 ਤੋਂ 70 ਮਿੰਟ B 80 ਤੋਂ 86 ਮਿੰਟ C 90 ਤੋਂ 100 ਮਿੰਟ ਜਾਂ D 70 ਤੋਂ 80 ਮਿੰਟ। ਸੋ ਬੁਢਾਪੇ ਦੇ ਵਿੱਚ ਜਿਹੜੀ ਨਾੜੀ ਨਾੜੀਦਾਰ ਹੁੰਦੀ ਆ ਉਹ ਘਟ ਹੋ ਜਾਂਦੀ ਆ ਸੋ ਇਸ ਕਰਕੇ অপਸ਼ਨ ਨੰਬਰ ਏ ਤੁਹਾਡਾ ਸਹੀ ਜਵਾਬ ਹੋਊਗਾ 60 ਤੋਂ 70 ਪ੍ਰਤੀ ਮਿੰਟ ਜਿਹੜੀ ਨਾੜੀਦਾਰਾ ਹੋ ਬੁਢਾਪੇ ਵਿੱਚ ਹੋ ਜਾਂਦੀ ਹੈ ਤੇ ਇਸ ਦੇ ਉਲਟ ਜੇਕਰ ਬਚਪਨ ਦੇ ਵਿੱਚ ਜਾਂ ਛੋਟੇ ਬੱਚੇ ਦੀ ਨਾੜੀ ਦਰ ਦੀ ਗੱਲ ਕੀਤੀ ਜਾਵੇ ਤਾਂ ਉਹ ਜ਼ਿਆਦਾ ਹੁੰਦੀ ਹੈ ਹਾਂਜੀ ਕੁਐਸਚਨ ਨੰਬਰ 4 ਸਾਹ ਕਿਰਿਆ ਦਾ ਕੰਟਰੋਲ ਕੇਂਦਰ ਹੈ অপਸ਼ਨ ਤੁਹਾਡੇ ਕੋਲ ਆ ਏ ਦਿਮਾਗ ਬੀ ਸੈਰੀਬੇਲਮ ਸੀ ਮੈਡੂਲਾ ਡੀ ਉਪਰੋਕਤ ਵਿੱਚੋਂ ਕੋਈ ਨਹੀਂ ਸੋ ਇਹਨਾਂ ਦੇ ਵਿੱਚੋਂ ਜਿਹੜਾ ਤੁਹਾਡਾ ਸਹੀ ਜਵਾਬ ਹੋਵੇਗਾ ਜਿਹੜਾ ਸਾਹ ਕਿਰਿਆ ਦਾ ਜਿਹੜਾ ਕੰਟਰੋਲ ਕੇਂਦਰ ਆ ਉਹ ਕੀ ਹੁੰਦਾ ਜੀ অপਸ਼ਨ ਨੰਬਰ ਸੀ ਆ ਜਿਹੜਾ ਇਹ ਸਹੀ ਹੋਊਗਾ ਮੈਡੂਲਾ ਆਬਲੋਗੇਟਾ ਸੋ ਇਸ ਨੂੰ ਸਾਹ ਕਿਰਿਆ ਦਾ ਕੰਟਰੋਲ ਕੇਂਦਰ ਕਿਹਾ ਜਾਂਦਾ ਹੈ ਨੈਕਸਟ ਆਪਾਂ ਦੇਖਦੇ ਹਾਂ ਜੀ ਕੁਐਸਚਨ ਨੰਬਰ 5 ਨੀਂਦ ਨੂੰ ਪ੍ਰੇਰਿਤ ਕਰਨ ਲਈ ਕਿਹੜਾ ਨੀਮਾ ਦਿੱਤਾ ਜਾਂਦਾ ਹੈ ਤਾਂ অপਸ਼ਨ ਆ ਤੁਹਾਡੇ ਕੋਲੇ ਏ sedative enema yani ke shantkari enema b code enema c uh, astringent na pid na pid na amina te d aprokt vichon koi nahi so ye punjabi badi typical ji likhi hoyi aa tusi note kar liya karo ehe theek hai ji neend nu prerit karan layi keda enema ditta janda va ta jehda tuhanu sahi jawab huga oh hojuga option number ਏ ਉਥੇ অপশন ਦੇ ਵਿੱਚ ਪੰਜਾਬੀ ਚ ਵੀ ਲਿਖਿਆ ਹੋ ਸਕਦਾ ਤੇ ਇੰਗਲਿਸ਼ ਦੇ ਵਿੱਚ ਵੀ ਲਿਖਿਆ ਹੋ ਸਕਦਾ ਸੋ ਤੁਸੀਂ ਆਹ ਨੋਟ ਕਰ ਲਿਓ ਸ਼ਾਂਤਕਾਰੀ ਅਨੀਮਾ ਤੇ ਸੈਡੀਟਿਵਾ ਅਨੀਮਾ ਠੀਕ ਹੈ ਹਾਂਜੀ ਕੁਐਸਚਨ ਨੰਬਰ 6 ਵੈਂਸੀਕੈਂਸ ਹੈ ਯਾਨੀ ਕਿ ਵੈਂਸੀਕੈਂਸ ਸਾ ਜਿਹੜਾ ਇਹ ਇਹ ਕੀ ਹੁੰਦਾ ਵਾ অপਸ਼ਨ ਨੇ ਤੁਹਾਡੇ ਕੋਲ ਇਹ ਫੋੜੇ ਪੈਦਾ ਕਰਨ ਵਾਲੇ ਕਾਰਕ B ਆਂਤ੍ਰਿਕ ਕੀੜਿਆਂ ਨੂੰ ਖਤਮ ਕਰਨ ਵਾਲੇ ਕਾਰਕ C A ਅਤੇ B ਦੋਵੇਂ D ਉਪਰੋਕਤ ਵਿੱਚੋਂ ਕੋਈ ਨਹੀਂ ਸੋ ਜਿਹੜਾ A ਕੁਐਸਚਨ ਹੈ ਇਸ ਦਾ ਜਿਹੜਾ ਰਾਈਟ ਆਨਸਰ ਹੋਵੇਗਾ ਤੁਹਾਡਾ ਉਹ ਹੋਵੇਗਾ ਜੀ অপਸ਼ਨ ਨੰਬਰ A ਫੋੜੇ ਪੈਦਾ ਕਰਨ ਵਾਲੇ ਕਾਰਕ ਹੁੰਦੇ ਆ ਜਿਹੜੇ ਉਹਨਾਂ ਨੂੰ ਵੈਂਸੀਕੇਥਸ ਕਿਹਾ ਜਾਂਦਾ ਹੈ ਹਾਂਜੀ ਨੈਕਸਟ ਕੁਐਸਚਨ ਨੰਬਰ ਆਪਾਂ ਦੇਖਦੇ ਹਾਂ 7 ਸਟੋਮੈਟਿਕ ਪਿਕਸ ਕੀ ਹੈ ਏ ਮਸੂੜੇ ਦੀ ਸੋਜ ਬੀ ਜੀਬ ਦੀ ਸੋਜ ਸੀ ਮੂੰਹ ਗੁਹਾ ਦੀ ਸ਼ਲੇਸ਼ਮਾ ਚਿੱਲੀ ਦੀ ਸੋਜ ਡੀ ਦੰਦ ਦੀ ਜੜ ਵਿੱਚ ਪੀਪ ਪੀਕ ਬਣਨਾ ਪੀਪ ਨਹੀਂ ਪੀਕ ਬਣਨਾ ਠੀਕ ਹੈ ਜੀ ਸੋ ਇਸ ਕੁਐਸਚਨ ਦਾ ਜਿਹੜਾ ਰਾਈਟ ਆਨਸਰ ਤੁਹਾਡਾ ਹੋਊਗਾ ਉਹ ਹੋਵੇਗਾ ਜੀ ਆਪਸ਼ਨ ਨੰਬਰ ਸੀ ਮੂੰਹ ਗੁਹਾ ਦੀ ਸ਼ਲੇਮਲਾ ਚਿੱਲੀ ਦੀ ਸੋਜ ਚਿੱਲੀ ਦੀ ਸੋਜ ਵੀ ਤੁਸੀਂ ਯਾਦ ਰੱਖ ਸਕਦੇ ਹੋ ਠੀਕ ਆ ਮੂਰੇ ਪਤਾ ਨਹੀਂ ਕੀ ਮਤਲਬ ਜਿਆ ਇਹਦਾ ਨੈਕਸਟ ਆਪਾਂ ਦੇਖਦੇ ਆ 8 ਨੰਬਰ ਕੁਐਸਚਨ ਹਾਂਜੀ ਓਵਰੀਅਨ ਧਮਣੀ ਕਿਹੜੀ ਮਹਾ ਧਮਣੀ ਦੀ ਸ਼ਾਖਾ ਹੈ ਤਾਂ ਆਪਸ਼ਨ ਨੇ ਤੁਹਾਡੇ ਕੋਲੇ A ਅਸੈਂਡਿੰਗ ਮਹਾ ਧਮਣੀ ਵੀ ਉਦਰੀ ਮਹਾ ਧਮਣੀ ਸੀ ਔਰਟਿਕ ਮਹਾ ਧਮਣੀ D ਕੋਰੋਨਰੀ ਮਹਾ ਧਮਣੀ ਸੋ ਜਿਹੜੀ ਓਵਰੀਅਨ ਧਮਣੀ ਆ ਇਹ ਕਿਹੜੀ ਮਹਾ ਧਮਣੀ ਦੀ ਸ਼ਾਖਾ ਹੁੰਦੀ ਹੈ ਤਾਂ ਜਿਹੜਾ ਤੁਹਾਡਾ ਸਹੀ ਜਵਾਬ ਹੋਵੇਗਾ ਉਹ ਹੋਵੇਗਾ ਜੀ ਆਪਸ਼ਨ ਨੰਬਰ B ਇਹ ਉਦਰੀ ਮਹਾ ਧਮਣੀ ਦੀ ਸ਼ਾਖਾ ਹੁੰਦੀ ਹੈ ਨੈਕਸਟ ਆਪਾਂ ਦੇਖਦੇ ਹਾਂ 9 ਨੰਬਰ ਕੁਐਸਚਨ 24 ਹਫ਼ਤੇ ਹਫ਼ਤੇ ਵਿੱਚ ਗਰਭ ਵਿਚਲੇ ਸ਼ਿਸ਼ੂ ਦਾ ਵਜ਼ਨ ਕਿੰਨਾ ਹੁੰਦਾ ਹੈ ਜਾਨੀ ਕਿ ਜਿਹੜਾ ਗਰਭ ਵਿਚਲਾ ਬੱਚਾ ਹੁੰਦਾ 24 ਹਫ਼ਤੇ ਵਿੱਚ ਉਸ ਦਾ ਜਿਹੜਾ weight ਆ ਉਹ ਕਿੰਨਾ ਹੋ ਜਾਂਦਾ ਆਪਸ਼ਨ ਨੇ ਤੁਹਾਡੇ ਕੋਲੇ A 550 ਗ੍ਰਾਮ B 600 ਗ੍ਰਾਮ C 700 ਗ੍ਰਾਮ D 750 ਗ੍ਰਾਮ ਸੋ ਇਸ ਕੁਐਸਚਨ ਦਾ ਜਿਹੜਾ ਰਾਈਟ ਆਨਸਰ ਹੋਵੇਗਾ ਉਹ ਹੈ ਜੀ ਤੁਹਾਡਾ ਸੀ অপਸ਼ਨ 700 ਗ੍ਰਾਮ ਦੇ ਕਰੀਬ ਬੱਚੇ ਦਾ weight ਹੋ ਜਾਂਦਾ ਵਾ 24 ਹਫਤੇ ਅ ਵਿੱਚ ਘਰ ਵਿੱਚਲੇ ਸ਼ਿਸ਼ੂ ਦਾ ਨੈਕਸਟ ਆਪਾਂ ਦੇਖਦੇ ਆ ਜੀ ਕੁਐਸਚਨ ਨੰਬਰ 10 ਹਾਂਜੀ ਇੰਪੋਰਟੈਂਟ ਕੁਐਸਚਨ ਹੈ ਇਹ ਖੋਪੜੀ ਵਿੱਚ ਕਿੰਨੇ ਫਾਂਟੇਨੈਲਸ ਫਾਂਟੇਨੈਲਸ ਹੁੰਦੇ ਹਨ অপশন ਆ ਤੁਹਾਡੇ ਕੋਲੇ ਏ 4 ਬੀ 5 ਸੀ 3 ਜਾਂ ਡੀ 6 ਸੋ ਇਹਨਾਂ ਦੇ ਵਿੱਚੋਂ ਜਿਹੜਾ ਤੁਹਾਡਾ ਰਾਈਟ ਆਨਸਰ ਹੋਵੇਗਾ ਉਹ ਹੈਗਾ ਵਾ ਜੀ অপਸ਼ਨ ਨੰਬਰ ਡੀ ਖੋਪੜੀ ਦੇ ਵਿੱਚ 6 ਫੌਨਟੇਨੈਲਸ ਹੁੰਦੇ ਹਨ ਸੋ ਨੈਕਸਟ ਆਪਾਂ ਦੇਖਦੇ ਆ 11 ਨੰਬਰ ਕੁਐਸਚਨ ਮਨੁੱਖ ਦੀ ਹਰੇਕ ਕੋਸ਼ਿਕਾ ਵਿੱਚ ਕਰੋਮੋਸੋਮਸ ਹੁੰਦੇ ਹਨ ਮਨੁੱਖ ਦੀ ਹਰ ਇੱਕ ਕੋਸ਼ਿਕਾ ਦੇ ਵਿੱਚ ਕਿੰਨੇ ਕਰੋਮੋਸੋਮਸ ਹੁੰਦੇ ਆ অপਸ਼ਨ ਨੇ ਤੁਹਾਡੇ ਕੋਲ A, B, C, D, so, A. 46 B 44 C 47 ਜਾਂ D 48 ਸੋ ਇਹਨਾਂ ਦੇ ਵਿੱਚੋਂ ਜਿਹੜਾ ਤੁਹਾਡਾ ਰਾਈਟ ਆਨਸਰ ਹੋਵੇਗਾ ਉਹ ਹੋਵੇਗਾ ਜੀ অপਸ਼ਨ ਨੰਬਰ A ਮਨੁੱਖ ਦੀ ਹਰੇਕ ਕੋਸ਼ਿਕਾ ਦੇ ਵਿੱਚ 46 ਯਾਨੀ ਕਿ 46 ਕਰੋਮੋਸੋਮਸ ਹੁੰਦੇ ਹਨ ਨੈਕਸਟ ਕੁਐਸਚਨ ਵੱਲ ਵਧਦੇ ਹਾਂ ਹਾਂਜੀ ਕੁਐਸਚਨ ਨੰਬਰ 12 ਜ਼ਰੂਰੀ ਗਰਭਪਾਤ ਕੀ ਹੈ ਏ ਉਹ ਸਥਿਤੀ ਜਿਸ ਵਿੱਚ ਗਰਭ ਅਵਸਥਾ ਨੂੰ ਨਿਰੰਤਰ ਰੱਖਣਾ ਸੰਭਵ ਹੋਵੇ ਬੀ ਉਹ ਸਥਿਤੀ ਜਿਸ ਵਿੱਚ ਗਰਭ ਵਿਚਲਾ ਸ਼ਿਸ਼ੂ ਮਰਿਤ ਹੋ ਜਾਂਦਾ ਹੈ ਸੀ ਉਹ ਸਥਿਤੀ ਜਿਸ ਵਿੱਚ ਤਿੰਨ ਵਾਰ ਆਪਣੇ ਆਪ ਗਰਭਪਾਤ ਹੋ ਜਾਂਦਾ ਹੈ ਜਾਂ ਡੀ ਜਿਸ ਵਿੱਚ ਗਰਭ ਅਵਸਥਾ ਨੂੰ ਨਿਰੰਤਰ ਰੱਖਣਾ ਸੰਭਵ ਨਹੀਂ ਸੋ ਇਹਨਾਂ ਦੇ ਵਿੱਚੋਂ ਜਿਹੜਾ ਤੁਹਾਡਾ ਰਾਈਟ ਆਨਸਰ ਹੋਵੇਗਾ ਉਹ ਕਿਹੜਾ ਹੋਵੇਗਾ ਜੀ ਜ਼ਰੂਰੀ ਗਰਭਪਾਤ ਵੀ ਗਰਭਪਾਤੀ ਜ਼ਰੂਰੀ ਹੈ ਵੀ ਇਹ ਆਪਾਂ ਨੂੰ ਗਰਭਪਾਤ ਕਰਨਾ ਪਊਗਾ ਤਾਂ ਡੀ ਆਪਸ਼ਨ ਤੁਹਾਡਾ ਰਾਈਟ ਹੈ ਕਿ ਜਿਸ ਵਿੱਚ ਗਰਭ ਅਵਸਥਾ ਨੂੰ ਨਿਰੰਤਰ ਰੱਖਣਾ ਸੰਭਵ ਨਹੀਂ ਹੈ ਵੀ ਖਤਰਾ ਹੋ ਸਕਦਾ ਵਾ ਕੋਈ ਵੀ ਅੱਗੇ ਸੰਭਵ ਨਹੀਂ ਆ ਇਸ ਕਰਕੇ ਜ਼ਰੂਰੀ ਗਰਭਪਾਤ ਇਸ ਨੂੰ ਕਿਹਾ ਜਾਂਦਾ ਹੈ ਨੈਕਸਟ ਏਡਜ਼ ਫੈਲਦਾ ਹੈ ਇਹ ਅਸੁਰੱਖਿਅਤ ਜौन ਸੰਬੰਧਾਂ ਨਾਲ ਵੀ ਸੰਕ੍ਰਿਤਕ ਸੁਈ ਨਾਲ ਸੀ ਦੁਸ਼ਿਤ ਖੂਨ ਨਾਲ ਡੀ ਉਪਰੋਕਤ ਸਾਰੇ ਸੋ ਇਹ ਕੁਐਸਚਨ ਦਾ ਆਨਸਰ ਹਰ ਇੱਕ ਬੱਚੇ ਨੂੰ ਪਤਾ ਹੀ ਹੋਊਗਾ ਕਿ ਜਿਹੜਾ ਈਡਜ਼ ਹੈ ਉਹ ਇਹਨਾਂ ਤਿੰਨੋਂ ਹੀ ਤਰੀਕਿਆਂ ਨਾਲ ਫੈਲਦਾ ਵਾ ਯੋਨ ਸੰਬੰਧਾ ਨਾਲ ਸੁਈ ਨਾਲ ਜਾਂ ਦੁਸ਼ਿਤ ਖੂਨ ਨਾਲ ਇਸ ਕਰਕੇ ਜਿਹੜਾ ਆਪਸ਼ਨ ਨੰਬਰ ਡੀ ਆ ਇਹ ਆਪਣਾ ਸਹੀ ਆਨਸਰ ਹੋਵੇਗਾ ਉਪਰੋਕਤ ਸਾਰੇ ਹਾਂਜੀ ਨੈਕਸਟ ਆਪਾਂ ਦੇਖਦੇ ਹਾਂ ਕੁਐਸਚਨ ਨੰਬਰ 14 ਪਹਿਲੇ ਤਿੰਨ ਹਫ਼ਤਿਆਂ ਦੌਰਾਨ ਦੀ ਸੰਪੂਰਨ ਰਚਨਾ ਥੈਲੀਸੈਥ ਲਈ ਕਿਹੜੇ ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਹੈ ਪਹਿਲੇ 3 ਹਫ਼ਤਿਆਂ ਦੌਰਾਨ ਦੀ ਸੰਪੂਰਨ ਰਚਨਾ ਏ ਡਿੰਬ ਬੀ ਭਰੂਣ ਸੀ ਗਰਭ ਵਿਚਲਾ ਸ਼ਿਸ਼ੂ ਡੀ ਉਪਰੋਕਤ ਵਿੱਚੋਂ ਕੋਈ ਨਹੀਂ ਸੋ ਇਹਨਾਂ ਦੇ ਵਿੱਚੋਂ ਜਿਹੜਾ ਤੁਹਾਡਾ ਰਾਈਟ ਆਨਸਰ ਹੋਵੇਗਾ ਉਹ ਹੋਵੇਗਾ ਜੀ অপਸ਼ਨ ਨੰਬਰ ਏ ਡਿੰਬ ਓਨ ਓਬਮ ਠੀਕ ਹੈ ਜੀ ਪਹਿਲੇ 3 ਹਫ਼ਤਿਆਂ ਦੀ ਪ੍ਰੈਗਨੈਂਸੀ ਪਹਿਲੇ 3 ਹਫ਼ਤਿਆਂ ਦੌਰਾਨ ਦੀ ਸੰਪੂਰਨ ਰਚਨਾ ਥੈਲੀਸੈਥ ਲਈ ਕਿਹੜੇ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ ਡਿੰਬ ਨੈਕਸਟ ਆਪਾਂ ਦੇਖਦੇ ਆ ਜੀ ਕੁਐਸਚਨ ਨੰਬਰ 15 ਸਿਰ ਦਾ ਪਰਿਮਾਪ ਜਨਮ ਦੇ ਸਮੇਂ ਕਿੰਨਾ ਹੁੰਦਾ ਹੈ ਤਾਂ ਆਪਸ਼ਨ ਨੇ ਤੁਹਾਡੇ ਕੋਲੇ A 33 ਤੋਂ ਲੈ ਕੇ 35 ਸੈਂਟੀਮੀਟਰ B 25 ਤੋਂ ਲੈ ਕੇ 30 ਸੈਂਟੀਮੀਟਰ C 30 ਤੋਂ ਲੈ ਕੇ 32 ਸੈਂਟੀਮੀਟਰ ਜਾਂ D 35 ਤੋਂ ਲੈ ਕੇ 40 ਸੈਂਟੀਮੀਟਰ ਸੋ ਜਨਮ ਦੇ ਸਮੇਂ ਜਿਹੜਾ ਸਿਰ ਦਾ ਮਾਪ ਆ ਉਹ ਕਿੰਨਾ ਹੁੰਦਾ ਵਾ ਤਾਂ ਤੁਹਾਡਾ ਜਿਹੜਾ ਸਹੀ ਜਵਾਬ ਹੋਵੇਗਾ ਉਹ ਹੋਵੇਗਾ ਜੀ ਏ ਆਪਸ਼ਨ 33 ਤੋਂ ਲੈ ਕੇ 35 ਸੈਂਟੀਮੀਟਰ ਸਿਰ ਦਾ ਮਾਪ ਹੁੰਦਾ ਹੈ ਜਨਮ ਦੇ ਸਮੇਂ ਨੈਕਸਟ ਆਪਾਂ ਦੇਖਦੇ ਹਾਂ 16 ਨੰਬਰ ਕੁਐਸਚਨ ਸੋਮੋਨਾ ਵਿਲਜ਼ਮ ਸੋਮੋਨਾ ਵਿਲਜ਼ਮ ਤੋਂ ਅਰਥ ਹੈ ਏ ਨੀਂਦ ਵਿੱਚ ਪੇਸ਼ਾਬ ਕਰਨਾ ਬੀ ਗੈਰ ਭੋਜਨ ਪਦਾਰਥ ਖਾਣਾ ਸੀ ਨੀਂਦ ਵਿੱਚ ਚੱਲਣਾ ਜਾਂ ਡੀ অতি ਹਮਲਾਵਰੀ ਸੁਬਾ ਹੋਣਾ ਸੋ ਇਹਨਾਂ ਦੇ ਵਿੱਚੋਂ ਇਸ ਦਾ ਕੀ ਅਰਥ ਆ ਸੋਮਨਾ ਬਿਲਜਮ ਹਾਂਜੀ 16 ਨੰਬਰ ਕੁਐਸਚਨ ਇਸ ਦਾ ਰਾਈਟ ਆਨਸਰ ਹੋਵੇਗਾ ਜੀ অপਸ਼ਨ ਨੰਬਰ ਸੀ ਯਾਨੀ ਕਿ ਜਿਹੜਾ ਵਿਅਕਤੀ ਨੀਂਦ ਵਿੱਚ ਚੱਲਦਾ ਹੈ ਨੀਂਦ ਵਿੱਚ ਚੱਲਣ ਦੀ ਬਿਮਾਰੀ ਕਾਫੀ ਜਾਣਿਆ ਨੂੰ ਹੁੰਦੀ ਆ ਸੋ ਉਸ ਨੂੰ ਸੋਮਨਾ ਬਿਲਜਮ ਕਿਹਾ ਜਾਂਦਾ ਹੈ ਨੈਕਸਟ ਆਪਾਂ ਵਧਦੇ ਹਾਂ ਕੁਐਸਚਨ ਨੰਬਰ 17 BCG ਦਾ ਪੂਰਾ ਨਾਮ ਕੀ ਹੈ অপਸ਼ਨ A ਹੈ ਬੈਕਟੀਰੀਅਲ ਕੋਲਮ ਗਿਓਨ B ਬਰੇਵੋ ਕੋਲਮ ਗਿਓਨ C ਵੈਕੂਲਰ ਕੈਲਮੇਟ ਘਿਓਰਨ ਡੀ ਸੋ ਇਹ ਪਨਾਂਨਸੀਏਸ਼ਨ ਜੀ ਬੜੀ ਔਖੀ ਜੀ ਲੱਗਦੀ ਆ ਸੋ ਇਹ ਤੁਸੀਂ ਖੁਦ ਕਾਲਮ ਨੇ ਜਿਹੜੇ ਇਹਨਾਂ ਨੂੰ ਧਿਆਨ ਨਾਲ ਰੀਡ ਕਰ ਲਓ ਵੈਸੇ ਮੈਂ ਦੱਸ ਦੇਣਾ ਬੀਸੀਜੀ ਦਾ ਜਿਹੜਾ ਪੂਰਾ ਨਾਮ ਆ ਉਹ ਹੈਗਾ ਵਾਜੀ অপਸ਼ਨ ਨੰਬਰ ਸੀ ਤੁਹਾਡਾ ਸਹੀ ਜਵਾਬ ਆ ਠੀਕ ਹੈ ਇਹਨੂੰ ਧਿਆਨ ਨਾਲ ਰੀਡ ਕਰ ਲਓ ਨੋਟ ਕਰ ਲਓ ਕਿਉਂਕਿ ਵੈਸਲ ਕੈਲਮੇਟ ਗੇਨ ਸੋ ਇਹਨੂੰ ਧਿਆਨ ਨਾਲ ਰੀਡ ਕਰ ਲਓ ਇਹ ਕੁਐਸਚਨ ਕਾਫੀ ਜਿਆਦਾ ਇੰਪੋਰਟੈਂਟ ਆ ਪੇਪਰ ਦੇ ਵਿੱਚ ਆਉਣ ਦੇ ਕਾਫੀ ਚਾਂਸ ਆ ਬੀਸੀਜੀ ਨਾਲ ਰਿਲੇਟਡ ਸਾਰੇ ਹੀ ਕੁਐਸਚਨ ਨੇ ਜਿਹੜੇ ਇੰਪੋਰਟੈਂਟ ਹੁੰਦੇ ਆ ਸੋ ਇਸ ਦੇ ਨਾਲ ਹੀ ਆਪਣੀ ਅੱਜ ਦੀ ਵੀਡੀਓ ਆ ਜਿਹੜੀ ਉਹ ਸਮਾਪਤ ਹੁੰਦੀ ਆ ਮਿਲਦੇ ਆਂ ਜੀ ਨੈਕਸਟ ਵੀਡੀਓ ਦੇ ਵਿੱਚ ਨਵੇਂ-ਨਵੇਂ ਐਮਸੀਕਿਊਜ਼ ਲੈ ਕੇ ਸੋ ਜਿਹੜੇ ਬੱਚੇ ਨਵੇਂ ਚੈਨਲ ਦੇ ਨਾਲ ਜੁੜੇ ਆ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀਡੀਓ ਨੂੰ ਅੱਗੇ ਜ਼ਰੂਰ ਸ਼ੇਅਰ ਕਰ ਦਿਆ ਕਰੋ ਸੋ ਮਿਲਦੇ ਆਂ ਜੀ ਨੈਕਸਟ ਵੀਡੀਓ ਚ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ